ਦੈਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਲ ਜਸਨੂਰ ਤਵਨ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਤੈਨਾਤ ਹੋਣਗੇ ਪੰਜਾਬ ਦੇ ਵਿੱਚ ਵਿਗੜਦੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਂਦਰੀ ਸੁਰੱਖਿਆ ਬਲ ਹੁਣ ਪੰਜਾਬ ਦੇ ਵਿੱਚ ਤਾਇਨਾਤ ਕੀਤੇ ਜਾਣਗੇ ਦਰਅਸਲ ਪੰਜਾਬ ਦੇ ਵਿੱਚ ਅਤਵਾਦੀ ਔਰ ਗੈਂਗਸਟਰਾਂ ਦੀ ਵੱਧ ਰਹੀ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮੰਗ ਕੀਤੀ ਗਈ ਹੈ ਕੇਂਦਰ ਤੱਕ ਇਹ ਮੰਗ ਪਹੁੰਚਾਈ ਗਈ ਹੈ ਕਿ 30 ਕੰਪਨੀਆਂ ਪੈਰਾਮਿਲਟਰੀ ਫੋਰਸ ਦੀਆਂ ਪੰਜਾਬ ਦੇ ਵਿੱਚ ਪਹੁੰਚਾਈਆਂ ਜਾਣ ਆਪਰੇਸ਼ਨ ਬਲੂ ਸਟਾਰ ਦੇ ਮੱਦੇਨਜ਼ਰ ਗੈਂਗਸਟਰ ਗਤੀਵਿਧੀਆਂ ਔਰ ਵੱੱਟਸਕਦੀਆਂ ਨੇ ਤਾਂ ਇਸ ਦੌਰਾਨ ਕੇਂਦਰ ਵੱਲੋਂ ਮੰਗ ਕੀਤੀ ਕੇਂਦਰ ਤੋਂ ਮੰਗ ਕੀਤੀ ਗਈ ਹੈ ਕਿ 30 ਕੰਪਨੀਆਂ ਪੰਜਾਬ ਪਹੁੰਚਾਈਆਂ ਜਾਣ ਪਰ ਇਸ ਤੇ ਕੇਂਦਰ ਨੇ ਸਿਰਫ 10 ਕੰਪਨੀਆਂ ਪਹਚਾਨ ਦੀ ਮਨਜ਼ੂਰੀ ਦਿੱਤੀ ਹੈ ਤਾਂ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਤੈਨਾਤ ਹੋਣਗੇ ਤਾਂ ਪੰਜਾਬ ਦੇ ਵਿੱਚ ਵਿਗੜਦੀ ਹੋਈ ਕਾਨੂੰਨ ਵਿਵਸਥਾ ਨੂੰ ਕਾਬੂ ਵਿੱਚ ਪਾਉਣ ਲਈ ਹੁਣ ਕੇਂਦਰ ਦੇ ਸੁਰੱਖਿਆ ਬਲ ਪੰਜਾਬ ਦੇ ਵਿੱਚ ਲਿਆਏ ਜਾਣਗੇ ਪੰਜਾਬ ਦੇ ਵਿੱਚ ਅਤਵਾਦੀਆ ਤੇ ਗੈਂਗਸਟਰਾਂ ਦੀਆਂ ਵੱਧ ਰਹੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਕੇਂਦਰ ਨੇ ਫੌਜੀ ਬਲਾਂ ਦੀਆਂ 10 ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਨੇ ਸੂਤਰ ਮੁਤਾਬਕ ਹਾਲੀਆ ਘਟਨਾਵਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 30 ਦੇ ਕਰੀਬ ਕੰਪਨੀਆਂ ਦੀ ਮੰਗ ਕੀਤੀ ਸੀ ਪਰ ਕੇਂਦਰੀ ਗੈ ਮੰਤਰਾਲੇ ਨੇ 10 ਹੀ ਕੰਪਨੀਆਂ ਦਿੱਤੀਆਂ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਤਵਾਦੀ ਅਤਵਾਦ ਤੀ ਦੀਆਂ ਗਤੀਵਿਧੀਆਂ ਤੇ ਸਾਕਾ ਨੀਲਾ ਸਟਾਰ ਦੀ ਵਰੇਗੰਡ ਦੇ ਮੱਦੇਨਜ਼ਰ ਕੇਂਦਰੀ ਬਲਦ ਦੀ ਤਾਇਨਾਤੀ ਕੀਤੀ ਜਾ ਰਹੀ ਹੈ ਹਾਲਾਂਕਿ ਮੰਗਤੀ ਕੰਪਨੀਆਂ ਦੀ ਸੀ ਪਰ 10 ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਔਰ ਪੰਜਾਬ ਦੇ ਵਿੱਚ ਸਾਕਾ ਨੀਲਾ ਸਟਾਰ ਦੇ ਤਹਿਤ ਹੁਣ ਕੇਂਦਰੀ ਸੁਰੱਖਿਆ ਬਲ ਤਾਇਨਾਤ ਹੋਣਗੇ ਤਾਂ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਹੋਣਗੇ ਡੀਜੀਪੀ ਨੇ ਕਿਹਾ ਕਿ ਜੂਨ ਦੇ ਪਹਿਲੇ ਹਫਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਾਧੂ ਤਾਇਨਾਤੀ ਦੀ ਲੋੜ ਹੈ ਉਰਨ ਨੇ ਕਿਹਾ ਕਿ ਕੇਂਦਰੀ ਬਲਾਦੀ ਮੰਗ ਹਾਲ ਹੀ ਵਿੱਚ ਹੋਏ ਰਾਕਟ ਗ੍ਰੇਨੇਡ ਹਮਲੇ ਕਾਰਨ ਨੇ ਕੀਤੀ ਜਾ ਰਹੀ ਹੈ ਪਰ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡ ਨੇ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕ quarter ਤੇ ਰਾਕਟ ਗ੍ਰੇਨੇਡ ਦੇ ਨਾਲ ਰਾਕਟ ਪ੍ਰੋਪਲ ਗ੍ਰੇਨੇਡ RPG ਦੇ ਨਾਲ ਹਮਲਾ ਹੋਇਆ ਸੀ ਇਹ ਜਿਹੜਾ ਹਥਿਆਰ ਅਫਗਾਨਿਸਤਾਨ ਦੇ ਵਿੱਚ ਅਤਵਾਦੀ ਹਮਲਿਆਂ ਲਈ ਇਸਤੇਮਾਲ ਕੀਤਾ ਜਾਂਦਾ ਸੀ ਉਹਨਾਂ ਨੇ ਕਿਹਾ ਹੈ ਕਿ ਜੇ ਹੋਰ ਹਮਲਿਆਂ ਦੇ ਖਦਸ਼ਾ ਦੇ ਮੱਦੇ ਨਜ਼ਰ ਕੇਂਦਰੀ ਕੇਂਦਰ ਤੋਂ ਸੁਰੱਖਿਆ ਬਲਾਂ ਦੀ ਮੰਗ ਕੀਤੀ ਜਾ ਰਹੀ ਹੈ ਡੀਜੀਪੀ ਨੇ ਕਿਹਾ ਕਿ ਆਮ ਤੌਰ ਤੇ ਕੱਲੂਕਾਰਾ ਹਫਤੇ ਦੌਰਾਨ ਕਿਸੇ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਇਸ ਤਰ੍ਹਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ ਪੰਜਾਬ ਪੁਲਿਸ ਕੋਲ ਆਪਣੇ 80000 ਮੁਲਾਜ਼ਮ ਨੇ 10 ਕੰਪਨੀਆਂ ਚੇਕਰ ਪੰਜਾਬ ਦੇ ਵਿੱਚ ਆਉਂਦੀਆਂ ਨੇ ਤਾਂ ਹਜ਼ਾਰ ਸੁਰੱਖਿਆ ਕਰਮੀ ਹੋਰ ਤਾਇਨਾਤ ਹੋਣਗੇ ਤੁਹਾਨੂੰ ਦੱਸਦੀ ਕਿ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ ਦਰਅਸਲ ਕੱਲੂਕਾਰਾ ਹਫਤੇ ਨੂੰ ਲੈ ਕੇ ਆਪਰੇਸ਼ਨ ਬਲੂ ਸਟਾਰ ਦੇ ਮੱਦੇਨਜ਼ਰ ਇਸੁਰਖਿਆ ਵਧਾਈ ਜਾਏਗੀ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕੋਲ 80000 ਮੁਲਾਜ਼ਮ ਨੇ 10 ਕੰਪਨੀਆਂ ਹੋਰ ਾਨ ਗਿਆ ਤਾਂ ਹਜ਼ਾਰ ਸੁਰੱਖਿਆ ਕਰਮੀ ਤਨਾਤ ਹੋਣਗੇ ਤਾਂ ਪੰਜਾਬ ਵੱਲੋਂ 30 ਕੰਪਨੀਆਂ ਦੀ ਮੰਗ ਰੱਖੀ ਗਈ ਸੀ ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ 10 ਕੰਪਨੀਆਂ ਨੂੰ ਮਨਜ਼ੂਰੀ ਦਿੱਤੀ ਔਰ 10 ਕੰਪਨੀਆਂ ਪੰਜਾਬ ਦੇ ਵਿੱਚ ਤਨਾਤ ਕੀਤੀਆਂ ਜਾਣਗੀਆਂ ਜੂਨ ਦੇ ਪਹਿਲੇ ਹਫਤੇ ਸੁਰੱਖਿਆ ਯਕੀਨੀ ਬਣਾਈ ਜਾਏਗੀ ਔਰ ਇਸ ਲਈ ਵਾਧੂ ਤੇ ਨਾਤੀ ਦੀ ਲੋੜ ਹੈ ਔਰ ਕੇਂਦਰੀ ਬਲਦ ਦੀ ਮੰਗ ਕੀਤੀ ਗਈ ਹੈ ਤਹਾਲੀਏ ਦੇ ਵਿੱਚ ਰਾਕਟ ਪ੍ਰੋਪੈਲ ਗ੍ਰੇਨੇਡ ਦੇ ਨਾਲ ਹਮਲਾ ਵੀ ਹੁੰਦਾ ਹੈ ਇੰਟੈਲੀਜੈਂਸ ਹੈੱਡਕੁਆਰਟਰ ਦੇ ਬਾਹਰ ਜਿਸ ਨੂੰ ਲੈ ਕੇ ਬਵਾਲ ਵੀ ਮੱਚਦਾ ਹੈ ਔਰ ਹੋਰ ਹਮਲੇ ਅਜੇ ਨਾ ਹੋਣ ਤੇ ਦਿੱਖ ਅਛੇ ਦੇ ਮੱਦੇ ਨਜ਼ਰ ਸੁਰੱਖਿਆ ਬਲਦੀ ਮੰਗ ਕੀਤੀ ਜਾ ਰਹੀ ਹੈ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸਰਧਿਤ ਨਤੀ ਪਹਿਲੇ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਕੀਤੀ ਜਾਂਦੀ ਹੈ ਤਾਂ ਪੰਜਾਬ ਵੱਲੋਂ ਮੰਗ ਸੀ ਕਿਤੀ ਕੰਪਨੀਆਂ ਪੰਜਾਬ ਨੂੰ ਦਿੱਤੀਆਂ ਜਾਣ ਪਰਦਾਸ ਤੇ ਸਹਿਮਤੀ ਬਣੀਆਂ 10 ਪੰਚਾਇਆਂ ਜਾਣ ਗਿਆ ਕੱਲੂਗਾਰ ਹਫਤੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 10 ਕੰਪਨੀਆਂ ਦੀ ਮੰਗ ਕੀਤੀ ਸੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੇ 30 ਕੰਪਨੀਆਂ ਦੀ ਮੰਗ ਕੀਤੀ ਸੀ ਕੇਂਦਰ ਸਰਕਾਰ ਨੇ 10 ਕੰਪਨੀਆਂ ਦੀ ਮਨਜ਼ੂਰੀ ਦਿੱਤੀ ਔਰਤਵਾਦੀਆ ਤੇ ਗੈਂਗਸਟਰ ਦੇ ਵੱਧ ਰਹੀਆਂ ਗਤੀਵਿਧੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਹ ਮੰਗ ਕੇਂਦਰ ਤੱਕ ਰੱਖੀ ਗਈ ਸੀ ਤਪੰਡਾਬਾ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਤਵਾਦੀਆਂ ਦੀਆਂ ਗਤੀਵਿਧੀਆਂ ਤੇ ਸਾਕਾ ਨੀਲਾ ਸਟਾਰ ਦੀ ਵਰੇਗੰਡੇ ਮੱਦੇਨਜ਼ਰ ਕੇਂਦਰੀ ਬੱਲਾ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਔਰ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਪਹਿਲੇ ਤੋਂ ਹੀ ਪੂਰੀ ਤਿਆਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।